ਸ੍ਰੀ ਅਕਾਲ ਦੋਸਤੋ, ਅਸੀਂ ਜ਼ਿੰਦਗੀ ਜ਼ਿੰਦਾਬਾਦ ਚੈਨਲ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਜਾਣਕਾਰੀ ਭਰਪੂਰ ਬਣਾਉਣ ਲਈ ਸਾਡੀ ਇਸ ਵੀਡੀਓ ਦਾ ਇੰਤਜ਼ਾਰ ਕਰ ਰਹੇ ਹੋਵੋਗੇ। ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਵਿਸ਼ਵ ਦੇ ਸਭ ਤੋਂ ਰੋਮਾਂਚਕ ਦੇਸ਼ ਥਾਈਲੈਂਡ ਦੇ ਬਾਰੇ। ਇਸ ਦੇਸ਼ ਦੇ ਬਾਰੇ ਵਿੱਚ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਸ਼ਾਇਦ ਹੀ ਤੁਸੀਂ ਜਾਣਦੇ ਹੋਵੋ। ਦੋਸਤੋ, ਥਾਈਲੈਂਡ ਦੱਖਣ ਪੂਰਬ ਵਿੱਚ ਸਥਿਤ ਇੱਕ ਬਹੁਤ ਹੀ ਕਮਾਲ ਦਾ ਦੇਸ਼ ਹੈ। ਥਾਈਲੈਂਡ, ਜਿਸ ਦਾ ਅਸਲੀ ਅਰਥ ਹੈ ਕਿ ਇੱਕ ਅਜਿਹਾ ਦੇਸ਼ ਜਿੱਥੇ ਹਰ ਆਦਮੀ ਆਜ਼ਾਦ ਹੈ। ਥਾਈਲੈਂਡ 1400 ਤੋਂ ਜ਼ਿਆਦਾ ਦੀਪ ਸਮੂਹਾਂ ਨੂੰ ਮਿਲਾ ਕੇ ਬਣਿਆ ਇੱਕ ਬੜਾ ਹੀ ਪਿਆਰਾ ਦੇਸ਼ ਹੈ। ਇੱਥੋਂ ਦੇ ਕਲਚਰ ਵਿੱਚ ਭਾਰਤ ਅਤੇ ਚਾਈਨਾ ਦੇ ਰੀਤੀ ਰਿਵਾਜ਼ਾਂ ਦਾ ਕਾਫ਼ੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਥਾਈਲੈਂਡ ਇੱਕ ਅਜਿਹਾ ਦੇਸ਼ ਹੈ ਦੋਸਤੋ, ਜਿੱਥੇ ਅੱਜ ਤੱਕ ਕੋਈ ਵੀ ਯੂਰਪੀ ਦੇਸ਼ ਕਬਜ਼ਾ ਨਹੀਂ ਕਰ ਸਕਿਆ, ਪਰ 1941 ਵਿੱਚ ਜਪਾਨ ਨੇ ਇਸ ਦੇ ਕੁਝ ਹਿੱਸੇ ਉੱਪਰ ਕਬਜ਼ਾ ਕਰ ਲਿਆ ਸੀ। 1997 ਵਿੱਚ ਥਾਈਲੈਂਡ ਵਿੱਚ ਨਵੇਂ ਸੰਵਿਧਾਨ ਦੀ ਰਚਨਾ ਕੀਤੀ ਗਈ। ਇਸ ਸੰਵਿਧਾਨ ਦੇ ਅਨੁਸਾਰ ਸਾਲ 2001 ਵਿੱਚ ਨਵੀਆਂ ਚੋਣਾਂ ਕਰਵਾਈਆਂ ਗਈਆਂ। ਇਹ ਚੋਣਾਂ ਥਾਈਲੈਂਡ ਦੇ ਇਤਿਹਾਸ ਵਿੱਚ ਪਹਿਲੀਆਂ ਨਿਰਪੱਖ ਚੋਣਾਂ ਸਨ। ਥਾਈਲੈਂਡ ਦੀ ਇਨਕਮ ਦਾ 6% ਹਿੱਸਾ ਟੂਰਿਜ਼ਮ, ਮਤਲਬ ਘੁੰਮਣ ਫਿਰਨ ਵਾਲੇ ਲੋਕਾਂ ਤੋਂ ਆਉਂਦਾ ਹੈ। ਇੱਥੇ ਘੁੰਮਣ ਆਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਮੇਂ ਤੋਂ ਲਗਾਤਾਰ ਵੱਧ ਰਹੀ ਹੈ। ਦੋਸਤੋ, ਜ਼ਿਆਦਾਤਰ ਲੋਕ ਬੈਂਕਾਕ ਸ਼ਹਿਰ ਦੀਆਂ ਵਿਲੱਖਣ ਇਮਾਰਤਾਂ ਦੇਖਣ ਅਤੇ ਥਾਈ ਮਸਾਜ ਲਈ ਆਉਂਦੇ ਹਨ। ਬੈਂਕਾਕ ਦਾ ਥਾਈ ਮਸਾਜ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇੰਡੋਨੇਸ਼ੀਆ ਤੋਂ ਬਾਅਦ ਥਾਈਲੈਂਡ ਦੂਸਰਾ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੈ। ਬੈਂਕਾਕ ਥਾਈਲੈਂਡ ਦੀ ਰਾਜਧਾਨੀ ਹੈ ਅਤੇ ਇਸ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਥਾਈਲੈਂਡ ਵਿੱਚ 23,000 ਤੋਂ ਜ਼ਿਆਦਾ ਇੱਥੋਂ ਦੇ ਲੋਕਾਂ ਦੇ ਲਈ ਮੁਫ਼ਤ ਵਾਈਫਾਈ ਇੰਟਰਨੈੱਟ ਕਨੈਕਸ਼ਨ ਲਗਾਏ ਗਏ ਹਨ। ਇੱਥੋਂ ਦੀ ਇੰਟਰਨੈੱਟ ਕੰਪਨੀ ਦਾ ਦਾਅਵਾ ਹੈ ਕਿ ਉਹ ਇੱਥੇ 10 GB/s ਇੰਟਰਨੈੱਟ ਦੇਣ ਦੀ ਸ਼ਮਤਾ ਰੱਖਦੀ ਹੈ। ਥਾਈਲੈਂਡ ਦਾ ਕਾਫ਼ੀ ਹਿੱਸਾ ਬਹੁਤ ਖੂਬਸੂਰਤ ਅਤੇ ਹਰਿਆਲੀ ਭਰਪੂਰ ਹੈ। ਥਾਈਲੈਂਡ ਦੀ ਸਿੱਖਿਆ ਸਾਖਰਤਾ ਦੇਖੀ ਜਾਵੇ ਤਾਂ ਉਹ 94% ਤੋਂ ਜ਼ਿਆਦਾ ਹੈ। ਇੱਥੇ 93% ਬੋਧੀ ਅਤੇ 5.5% ਇਸਲਾਮੀ ਲੋਕ ਰਹਿੰਦੇ ਹਨ। ਇੱਥੇ ਬਿਨਾਂ ਅੰਡਰਵੀਅਰ ਦੇ ਘਰਾਂ ਤੋਂ ਬਾਹਰ ਨਿਕਲਣਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਇੱਥੋਂ ਦੇ ਲੋਕ ਜ਼ਿਆਦਾਤਰ ਪੈਰ ਸਾਫ਼ ਰੱਖਣ ਉੱਪਰ ਜ਼ਿਆਦਾ ਜ਼ੋਰ ਦਿੰਦੇ ਹਨ। ਥਾਈਲੈਂਡ ਵਿੱਚ ਮੱਥੇ ਨੂੰ ਸਿਰ ਦਾ ਸਭ ਤੋਂ ਪਵਿੱਤਰ ਅੰਗ ਮੰਨਿਆ ਜਾਂਦਾ ਹੈ। ਦੂਸਰੇ ਦੇ ਸਿਰ 'ਤੇ ਹੱਥ ਰੱਖਣਾ ਥਾਈਲੈਂਡ ਵਿੱਚ ਵਧੀਆ ਨਹੀਂ ਮੰਨਿਆ ਜਾਂਦਾ। ਇੱਥੋਂ ਦੇ ਜ਼ਿਆਦਾਤਰ ਲੋਕ ਭੂਤ ਪ੍ਰੇਤਾਂ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਲਈ ਇਹ ਘਰਾਂ ਵਿੱਚ ਇੱਕ ਛੋਟਾ ਜਿਹਾ ਭੂਤ ਦਾ ਘਰ ਬਣਾਉਂਦੇ ਹਨ। ਇੱਥੇ ਦੁਨੀਆ ਦੀ ਸਭ ਤੋਂ ਵੱਧ ਸਵੱਛ ਪਾਣੀ ਵਾਲੀ ਨਦੀ ਹੈ। ਤਾਂ ਦੋਸਤੋ, ਤੁਹਾਨੂੰ ਇਹ ਸਾਡਾ ਵੀਡੀਓ ਕਿਵੇਂ ਲੱਗਿਆ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅਸੀਂ ਤੁਹਾਡੇ ਲਈ ਵੱਖ-ਵੱਖ ਦੇਸ਼ਾਂ ਦੇ ਉੱਪਰ ਬੜੀਆਂ ਹੀ ਰੋਮਾਂਚਕ ਅਤੇ ਚੰਗੀਆਂ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤਦ ਤੱਕ ਲਈ ਧੰਨਵਾਦ। ਜ਼ਿੰਦਗੀ ਜ਼ਿੰਦਾਬਾਦ।